ਨਗਰ ਕੀਰਤਨ ਲੈ ਕੇ ਕੀ ਕੁਛ ਮੈਸੇਜ ਸੰਗਤਾਂ ਤੱਕ ਪਹੁੰਚਾਉਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰ ਹੈ ਕਬੂ ਨਾ ਛੱਡੇ ਖੇਤ। ਕੌਮ ਦੀ ਮਹਾਨ ਸ਼ਹਾਦਤ ਚਾਰੇ ਸਾਹਿਬਜ਼ਾਦਿਆਂ ਦੀ, ਜੋ ਕਿ ਹਿੰਦੁਸਤਾਨ ਦੀ ਹਿੰਦ ਨੂੰ ਬਚਾਉਣ ਵਾਸਤੇ ਕਲਗੀਧਰ ਪਾਤਸ਼ਾਹ ਨੇ ਸਰਬੰਸ ਕੁਰਬਾਨ ਕੀਤਾ। ਅੱਜ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਬੰਬੋਲੀ ਤੋਂ ਫਤਿਹਗੜ੍ਹ ਸਾਹਿਬ ਜਾ ਰਿਹਾ। ਹਜ਼ਾਰਾਂ ਦਾ ਠਾਠਾ ਮਾਰਦਾ ਇਕੱਠ ਸੰਗਤਾਂ ਨਾਲ ਨੇ, ਔਰ ਇੱਕੋ ਹੀ ਸੰਦੇਸ਼ ਪੂਰੀ ਕੌਮ ਨੂੰ, ਸਮਾਜ ਨੂੰ, ਕਿ ਆਪਾਂ ਦੁਨੀਆ ਦੇ ਵਿੱਚ ਸਭ ਕੁਝ ਭੁੱਲ ਸਕਦੇ ਹਾਂ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ। ਜੋ ਉਹਨਾਂ ਨੇ ਕੀਤਾ ਉਹ ਉਹਨਾਂ ਨੇ ਕੌਮ ਵਾਸਤੇ, ਧਰਮ ਵਾਸਤੇ ਆਪਣੀ ਜਿੰਦ ਜਾਨ ਕੁਰਬਾਨ ਕਰ ਦਿੱਤੀ। ਉਹ ਕੁਰਬਾਨੀਆਂ ਦੇ ਗਏ ਅਤੇ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਸੁੱਖ ਅਤੇ ਆਨੰਦ ਮਾਣ ਰਹੇ ਹਾਂ। ਮੇਰੀ ਬੇਨਤੀ ਹੈ ਸੰਗਤ ਹੁੰਮ ਹੁਮਾ ਕੇ ਅੱਗੇ ਵੀ ਜਿਹੜੀ ਨਾਲ ਹੈ ਉਹ ਸਾਰੇ ਨਾਲ ਤੁਰੋ, ਜੁੜੋ, ਔਰ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਨਮਸਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। 2 ਦਿਨ ਦਾ ਸ਼ਹੀਦੀ ਜੋੜ ਮੇਲਾ ਬੜੇ ਵੱਡੇ ਪੱਧਰ 'ਤੇ ਮਨਾਇਆ ਗਿਆ ਸੀ, ਸਾਧ ਸੰਗਤ ਨੂੰ ਕੀ ਕੁਛ ਮੈਸੇਜ ਹੈ ਆਪਣੀ ਸਿੱਖੀ ਤੋਂ, ਆਪਣੇ ਸਾਹਿਬਜ਼ਾਦੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਦੀ ਕੁਰਬਾਨੀ ਨੂੰ? ਹਾਂਜੀ ਹਾਂਜੀ, ਮਹਾਨ ਕੁਰਬਾਨੀਆਂ ਨੂੰ ਜਦ ਤੱਕ ਆਪਾਂ ਆਪਣੇ ਹਿਰਦੇ 'ਚ ਨਹੀਂ ਵਸਾਵਾਂਗੇ, ਕੌਮ ਦਾ ਇਤਿਹਾਸ ਜਿਹੜਾ ਹੈ ਉਸਨੂੰ ਨਹੀਂ ਯਾਦ ਰੱਖਾਂਗੇ, ਉਹ ਕੌਮ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ। ਇਸ ਕਰਕੇ 2 ਦਿਨ ਜੋ ਹਜ਼ਾਰਾਂ ਸੰਗਤਾਂ ਨੇ ਆਨੰਦ ਮਾਣਿਆ, ਕੌਮ ਦੇ ਮਹਾਨ ਕੀਰਤਨੀਏ ਪਹੁੰਚੇ ਜਿਨ੍ਹਾਂ ਨੇ ਆਨੰਦ ਵੰਡਿਆ, ਅਤੇ ਅਗਲੇ ਸਾਲ ਵੀ ਇਸੇ ਤਰੀਕੇ ਨਾਲ ਇਹਨਾਂ ਮਹਾਨ ਕੁਰਬਾਨੀਆਂ ਨੂੰ ਨਮਸਕਾਰ ਕਰਦਿਆਂ ਹੋਇਆਂ ਕੌਮ ਨੂੰ ਆਪਾਂ ਜਾਗਰਤ ਕਰਾਂਗੇ। ਥੈਂਕ ਯੂ ਬਾਬਾ ਜੀ। ਸਾਹਿਬ ਜਾ ਰਿਹਾ ਜੀ, ਬਹੁਤ ਅੱਛਾ ਸਮਾਗਮ ਚੱਲ ਰਿਹਾ, ਬਹੁਤ ਅੱਛਾ ਲੱਗ ਰਿਹਾ। ਅੱਛਾ, ਅੱਜ ਨਗਰ ਕੀਰਤਨ ਜਾ ਰਹੇ ਹੋ? ਹਾਂਜੀ ਹਾਂਜੀ। ਕਿੱਥੋਂ ਆਏ ਤੁਸੀਂ? ਯਮੁਨਾਨਗਰ ਤੋਂ ਜੀ। ਜੋ ਸ਼ਹੀਦੀ ਜੋੜ ਮੇਲਾ ਯਮੁਨਾਨਗਰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ, ਕੀ ਕੁਛ ਕਹਿਣਾ ਚਾਹੋਗੇ ਸ਼ਹੀਦਾਂ ਦੀ ਯਾਦ 'ਚ? ਬਹੁਤ ਵਧੀਆ ਲੱਗ ਰਿਹਾ ਜੀ, ਅੱਛਾ ਲੱਗ ਰਿਹਾ। ਬਾਬਾ ਜੀ, ਬਾਬਾ ਜੀ ਲੈ ਕੇ ਜਾ ਰਹੇ ਸਾਰੇ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਜਾ ਰਹੇ। ਸਾਰੀ ਸਮੁੱਚੀ ਸਿੱਖ ਕੌਮ ਨੂੰ ਕੀ ਅਪੀਲ ਕਰਨਾ ਚਾਹੋਗੇ? ਸ਼ਹੀਦਾਂ ਦੀ ਯਾਦ ਨੂੰ ਨਹੀਂ ਭੁੱਲਣਾ ਚਾਹੀਦਾ। ਸ਼ਹੀਦਾਂ ਦੀ ਯਾਦ ਨੂੰ ਨਹੀਂ ਭੁੱਲਣਾ ਚਾਹੀਦਾ, ਸਾਰਿਆਂ ਨੇ ਮਿਲ ਕੇ ਰਹਿਣਾ ਚਾਹੀਦਾ ਜੀ।